बस पिटना कमा नहीं करना पीछे कर ला कर ला कर ला बस इधर नू ला ला भी कोई गल नहीं इधर नू इधर ला ला करन इधर कर ला मूं सत श्रीकाल भाई सत श्रीकाल भाई जी केड़ी जगह तो पहुंचे हो भाई जी पिंड सौजा जी ते गगड़पुर गगड़पुर डिस्ट्रिक्ट केड़ा पै जांदा जी आपां नूं एक पटियाला पै जांदा एक संगरूर पै जांदा ओके दो फार्म ने जी की अपडेट आ वीरे घोड़े दी ਇਹ ਮੱਜੂ ਕੀ ਲੈਣ ਦਾ ਜੀ ਐਡਮ ਘੋੜੇ ਦਾ ਲਾਸਟ ਵਿੱਚ ਆ ਐਡਮ ਘੋੜੇ ਦਾ ਡਾਇਰੈਕਟ ਆ ਹਾਂਜੀ ਜੀ ਬਈ ਐਡਮ ਘੋੜੇ ਦੀ ਕੀ ਹਿਸਟਰੀ ਸੀਗੀ ਹਿਸਟਰੀ ਤਾਂ ਬਈ ਹੁਣ ਬਹੁਤ ਜ਼ਿਆਦਾ ਲੰਬੀ ਹੈ ਕਿੰਨੀ ਦੱਸੀ ਤੈਨੂੰ ਬਈ ਕਿੰਨੀ ਹਾਈਟ ਹੋ ਗਈ ਆ ਹੁਣ ਘੋੜੇ ਦੀ ਇਹਦੀ 65 ਪਲੱਸ ਹੈ ਜੀ 65 ਪਲੱਸ ਹੈ ਹਾਂਜੀ ਬਈ ਡਿਫਰੈਂਟ ਜਿਹਾ ਕਲਰ ਇੱਕ ਚੂਜ਼ ਕੀਤਾ ਤੁਸੀਂ ਹਾਂਜੀ ਨੁਗਰਿਆਂ ਦੀ ਵੀ ਕਾਫੀ ਚੜ੍ਹਾਈ ਆ ਹੁਣ ਕਾਲੇ ਰੰਗ ਦੀ ਵੀ ਕਾਫੀ ਚੜ੍ਹਾਈ ਆ ਇਹ ਵਾਲਾ ਕਿਉਂ ਸਿਲੈਕਟ ਕਰਿਆ ਬਾਈ ਮੱਜੂ ਕੀ ਲੈਣ ਦੇ ਆਪਾਂ ਫੈਨ ਆ ਜੀ ਬਲੈਕ ਘੋੜਾ ਵੀ ਆਪਣੇ ਘਰ ਆ ਮੱਜੂ ਕੀ ਲੈਣ ਦਾ ਮੱਖਣ ਘੋੜੇ ਦਾ ਬੱਚਾ ਉਹ ਵੀ ਨਿਚਲੇ ਦੋ ਦੰਦ ਤੋੜੇ ਨੇਗੇ 65 ਇੰਚ ਹਾਈਟ ਕਰ ਚੁੱਕਿਆ ਉਹ ਵੀ ਠੀਕ ਹੈ ਅਤੇ ਨੌਕਰੇ ਘੋੜੇ ਵੀ ਆਪਣੇ ਲਵੇ ਹੈਗੇ ਨੇ ਓਕੇ ਬਾਈ ਉਮਰ ਕਿੰਨੀ ਹੋ ਚੁੱਕੀ ਹੈ ਇਹਦੀ ਇਹਦੀ ਬਾਈ ਜੀ 8ਵੇਂ ਸਾਲ ਦੇ ਲਵੇ 8ਵੇਂ ਸਾਲ ਕਾਫੀ ਰਿਜ਼ਲਟ ਆ ਗਏ ਹੋਣਗੇ ਫਿਰ ਤਾਂ ਬਾਈ ਬਾਈ ਸਾਡੇ ਲਵੇ ਇਹਦੇ ਆ ਗਏ 40-50 40-45 ਹਾਂਜੀ ਕਿਹੋ ਜਿਹੇ ਰਿਜ਼ਲਟ ਕੱਢਦਾ ਬਾਈ ਬਾਈ ਉਹ ਬੈਨਰ ਲੱਗਿਆ ਪਿਆ ਓਕੇ ਕਾਲੀਆਂ ਘੋੜੀਆਂ ਨੀਲੀਆਂ ਘੋੜੀਆਂ ਸਾਰੀਆਂ ਤੀ ਕਮੈਤ ਬੱਚੇ ਦਿੱਤੇ ਬਾਈ ਪ੍ਰੈਕਟਿਸ ਕੀ ਕਰਾਉਂਦੇ ਹੋ ਇਹਨੂੰ ਪ੍ਰੈਕਟਿਸ ਕੁਛ ਨਹੀਂ ਭਰਾ ਦੂਜੇ ਤੀਜੇ ਦਿਨ ਰਾਈਡਿੰਗ ਕਰਾਉਂਦੇ ਹਾਂ ਬਾਕੀ 24 ਘੰਟੇ ਖੁੱਲ੍ਹਾ ਰਹਿੰਦਾ ਖੁੱਲ੍ਹਾ ਰਹਿੰਦਾ ਬਾਈ ਕੀ ਮੀਟਿੰਗ ਫੀਸ ਲੈਂਦੇ ਇੱਕ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕਰੋ 21,000 ਫੀਸ ਆ ਬਾਈ ਜੀ ਇਹਦੀ ਕਰਾਉਸਿੰਗ ਫੀਸ ਅਤੇ ਮੋਬਾਈਲ ਨੰਬਰ ਹੈ 98142-15783 ਅਤੇ 98143-29026 ਬਾਈ ਇੱਕ ਦੇਸੀ ਘਿਓ ਵਾਲੀ ਗੱਲ ਆ ਜਾਂਦੀ ਹੈ ਕੁਛ ਬੰਦੇ ਦਾ ਕਹਿੰਦੇ ਵੀ ਘੋੜੇ ਨੂੰ ਕਾਫੀ ਮਾਤਰਾ 'ਚ ਦੇਣਾ ਚਾਹੀਦਾ ਉਹ ਹਾਂਜੀ ਅਤੇ ਕਈ ਬੰਦਿਆਂ ਦਾ ਇਹ ਮੰਨਣਾ ਜਿਹੜੇ ਪੁਰਾਣੇ ਘੋੜੇ ਰੱਖਦੇ ਵੀ ਦੇਸੀ ਘਿਓ ਨਹੀਂ ਦੇਣਾ ਚਾਹੀਦਾ ਜੇਕਰ ਆਪਾਂ ਜ਼ਿਆਦਾ ਰਾਈਡਿੰਗ ਕਰਦੇ ਹਾਂ ਫਿਰ ਉਹਦੇ ਵਾਸਤੇ ਸਹੀ ਆ ਤੁਹਾਡੇ ਕੀ ਐਕਸਪੀਰੀਅੰਸ ਹੈ ਇਹਦੇ ਬਾਰੇ ਦਸੌਰੂ ਦੇਣਾ ਚਾਹੀਦਾ ਬਾਈ ਦੇਸੀ ਨਹੀਂ ਜਾਣੀ ਕਿ ਡਾਲਡਾ ਡਾਲਡਾ ਹਾਂਜੀ ਤੁਸੀਂ ਕਿੰਨਾ ਦਿੰਦੇ ਹੋ ਬਾਈ ਪਰ ਡੇ ਅਸੀਂ ਕੁਛ ਨਹੀਂ ਦਿੰਦੇ ਬਾਈ ਪਰ ਡੇ ਓਕੇ ਕੀ ਅਸੀਂ ਸੀਜ਼ਨ ਦੇ ਹਿਸਾਬ ਨਾਲ ਦਿੰਨੇ ਆ ਜਿਵੇਂ ਸਰਦੀਆਂ ਨੇ ਬਰਸਾਤ ਦਾ ਮੌਸਮ ਚੱਲਦਾ ਗਰਮੀ ਦਾ ਮੌਸਮ ਚੱਲਦਾ ਕੀ ਉਸ ਹਿਸਾਬ ਨਾਲ ਬਾਈ ਡਾਈਟ ਹੁੰਦੀ ਹੈ ਜੀ ਠੀਕ ਹੈ ਨਾ ਵੈਸੇ ਕੋਈ ਡਾਈਟ ਨਹੀਂ ਸਿੰਪਲ ਬਾਈ ਘੋੜੀ ਸੋਣ ਵਾਲੀ ਆਪਣੀ ਦਿਨਾਂ ਦੀ ਨੇੜੇ ਆ ਗਈ ਹਾਂਜੀ ਮੈਡੀਕਲ ਟ੍ਰੀਟਮੈਂਟ ਕੀ ਕੁਛ ਦਾ ਧਿਆਨ ਰੱਖਣਾ ਚਾਹੀਦਾ ਕਿਹੜੇ ਵਿਟਾਮਿਨ ਦੇਣੇ ਚਾਹੀਦੇ ਆ ਵਾਈਟ ਮੈਚ ਬਾਈ ਜਿੱਦਾਂ ਸਰਦੀਆਂ ਨੇ ਤੇਲਾਂ ਦਾ ਤੇਲ ਹੋ ਗਿਆ ਬਾਕੀ ਦੁੱਧ ਵਗੈਰਾ ਅਲੱਗ ਅਲੱਗ ਹਰੇਕ ਦਾ ਯਾਰ ਅਲੱਗ ਅਲੱਗ ਸਿਸਟਮ ਹੈ ਓਕੇ ਬਾਈ ਕਈ ਘੋੜੇ ਨਾ ਜ਼ਿਆਦਾ ਅਗਰੈਸਿਵ ਹੋ ਜਾਂਦੇ ਆ ਹਾਂਜੀ ਬਾਈ ਇਹ ਬਿਲਕੁਲ ਕੰਟਰੋਲ ਦੇ ਵਿੱਚ ਖੜਾ ਹੈਗਾ ਹਾਂਜੀ ਅਗਰੈਸਿਵ ਕਿਉਂ ਹੁੰਦੇ ਆ ਘੋੜੇ ਜ਼ਿਆਦਾ ਬਾਈ ਮਾਲਕ ਦੇ ਡਿਪੈਂਡ ਹੈਗਾ ਠੀਕ ਹੈ ਨਾ ਹੁਣ ਆਹ ਘੋੜੀ ਖੜੀ ਹੈਗੀ ਆਹ ਖੜੇ ਹੈਗੇ ਜੇ ਕਾਂਗੇ ਤਾਂ ਘੋੜਾ ਘੋੜੀ ਨੂੰ ਕ੍ਰੋਸ ਕਰੂਗਾ ਨਹੀਂ ਘੋੜੀ ਦੀ ਹਿੰਮਤ ਨਹੀਂ ਵੀ ਘੋੜੀ ਕ੍ਰੋਸ ਕਰ ਜੀ ਓਕੇ ਹਰ ਹਫ਼ਤੇ ਦੇ ਵਿੱਚ 3-4 ਘੋੜੀਆਂ ਤਾਂ ਸਾਡੀਆਂ ਪੱਕੀਆਂ ਪਰਮਾਨੈਂਟ ਨੇ ਇਹ ਘੋੜੇ ਤੋਂ ਬਾਈ ਕਿੰਨੇ ਜੰਪ ਦੇਣੇ ਚਾਹੀਦੇ ਆ ਘੋੜੀ ਨੂੰ ਘੋੜੀ ਨੂੰ ਬਾਈ ਅਸੀਂ ਤਾਂ ਇੱਕ ਜੰਪ ਦਿੰਦੇ ਹਾਂ ਫਿਰ ਇੱਕ ਜੰਪ ਦਿੰਦੇ ਹਾਂ 2-3 ਦਿਨ ਛੱਡ ਕੇ ਫਿਰ ਉਦੋਂ ਬਾਅਦ ਜੇ ਹੀਟ ਰਹਿੰਦੀ ਆ ਤਾਂ ਦਿੰਦੇ ਨਹੀਂ ਦਿੰਦੇ ਬਾਈ ਕਈ ਕੁਛ ਬੰਦੇ ਆ ਜਦੋਂ ਆਪਣੀ ਚੰਗੀ ਘੋੜੀ ਆ ਇੱਕ ਪੂਰੀ ਬੱਚਾ ਦੇਤਾ ਪੂਰਾ ਵਧੀਆ ਉਹਨੂੰ ਆਪਾਂ ਤਿਆਰ ਕਰਨਾ ਕੁਛ ਬੰਦੇ ਦਾ ਕਹਿੰਦੇ ਆ ਵੀ ਸਿਰੇ ਦੇ ਵਿੱਚ ਘੋੜੀ ਜਿਹੜੀ ਉਹ ਮੇਟ ਕਰਾ ਦੇਣੀ ਚਾਹੀਦੀ ਆ ਬੱਚਾ ਕਿੰਨਾ ਵੀ ਚੰਗਾ ਹੋਵੇ ਪਿੱਛੇ ਕੁਛ ਬੰਦਿਆਂ ਦਾ ਇਹ ਮੰਨਣਾ ਵੀ ਕਾਫੀ ਟਾਈਮ ਉਹਨੂੰ ਦੁੱਧ ਪਿਆਓ ਜੇ ਬੱਚਾ ਆਪਾਂ ਪੂਰਾ ਸ਼ੋ ਲੈਵਲ ਦਾ ਤਿਆਰ ਕਰਨਾ ਤਾਂ ਬਾਅਦ ਦੇ ਵਿੱਚ ਦੂਜੀ ਤੀਜੀ ਹੀਟ ਭਰਾਉਣੀ ਚਾਹੀਦੀ ਆ ਆਪਾਂ ਨੂੰ ਇਹਦੇ ਬਾਰੇ ਤੁਹਾਡੇ ਕੀ ਐਕਸਪੀਰੀਅੰਸ ਆ ਬਾਈ ਬਾਈ ਸਹੀ ਗੱਲ ਹੈ ਇਹ ਸਾਰੀ ਸਿਲੇ 'ਚ ਬਣਾਉਣੀ ਚਾਹੀਦੀ ਜੇ ਟਾਈਮ ਛੱਡ ਕੇ ਟਾਈਮ ਛੱਡ ਕੇ ਵੀ ਜੇ ਤਾਂ ਚੰਗਾ ਬੱਚਾ ਦੀਂਦਾ ਆਪਾਂ ਨੂੰ ਤਾਂ ਟਾਈਮ ਛੱਡ ਕੇ ਨਹੀਂ ਬਾਈ ਚੰਗੇ ਘੋੜੇ ਤੋਂ ਸਿਲੇ 'ਚ ਮਿਲਾ ਓਕੇ ਬਾਈ ਖੱਬਲ ਕਿੰਨਾ ਕੁ ਪਾਉਂਦੇ ਹੋ ਖੱਬਲ ਬਾਈ ਜਿੰਨਾ ਕੁ ਲਾ ਲਓ ਵੀ ਇੱਕ ਟਾਈਮ 'ਚ ਜੋ ਇਹਨੂੰ ਖੁਰਾਕ ਦੇਣੀ ਤੀ ਦੇਤੀ ਆਪਾਂ ਨੇ ਦਾਣਾ ਵਗੈਰਾ ਫੀਡ ਵਗੈਰਾ ਦੇਤੀ ਜਿੰਨਾ ਇਹਦਾ ਦਿਲ ਕਰਦਾ ਖਾ ਲੂਗਾ ਨਹੀਂ ਛੱਡ ਦੂ